ਸੋ ਬਰਾੜ ਸਾਹਿਬ, ਜਿਹੜੀ ਹੁਣ ਸਿਚੁਏਸ਼ਨ ਚੱਲ ਰਹੀ ਆ, ਜਿਵੇਂ ਸੁਣਨ 'ਚ ਆਇਆ ਕਿ ਚਾਈਨਾ ਤੋਂ ਬਾਅਦ ਇਟਲੀ ਅਤੇ ਇਟਲੀ ਤੋਂ ਬਾਅਦ ਹੁਣ USA, ਜਿਵੇਂ ਮੈਂ ਇੱਥੇ ਬੈਠਾ, ਮੈਂ ਦੇਖ ਰਿਹਾ ਕਿ ਕਾਫੀ ਤਾਦਾਦ ਦੇ ਵਿੱਚ ਇਹ ਕੰਮ ਵੱਧ ਰਿਹਾ ਹੈ, ਪਰ ਫਿਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਅਜੇ ਵੀ ਇਹਨੂੰ ਲਾਈਟਲੀ ਲੈ ਰਹੇ ਨੇ। ਉਹਨਾਂ ਨੂੰ ਅਜੇ ਜਾਂ ਤਾਂ ਕੋਈ ਉਹ ਖਬਰਾਂ ਨਹੀਂ ਸੁਣ ਰਹੇ, ਪੜ੍ਹ ਰਹੇ, ਦੇਖ ਰਹੇ, ਜਾਂ ਅਜੇ ਉਹਨਾਂ ਨੂੰ ਕੋਈ ਜ਼ਿੰਦਗੀ ਦੇ ਇਹੋ ਜਿਹੇ ਤਜਰਬੇ ਕੌੜੇ ਹੋਏ ਨਹੀਂ। ਉਹਨਾਂ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਜੀ, ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ, ਪਰ ਮੈਂ ਉੱਥੇ ਨਾਲ ਇੱਕ ਗੱਲ ਇਹ ਕਰਨੀ ਚਾਹੁੰਦਾ ਵੀ ਮੈਨੂੰ ਇੱਕ ਚੀਜ਼ ਜਿਹੜੀ ਬੜੀ ਸ਼ਿੱਦਤ ਨਾਲ ਮਹਿਸੂਸ ਹੋ ਰਹੀ ਹੈ ਇਸ ਟਾਈਮ ਦੇ ਉੱਤੇ, ਉਹ ਤੁਹਾਨੂੰ ਵੀ ਹੋ ਰਹੀ ਹੋਊਗੀ ਜੋ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕਰੂੰਗਾ, ਸਭ ਨੂੰ ਹੋਊਗੀ ਵੀ ਕਿਤੇ ਨਾ ਕਿਤੇ ਜਿੱਥੇ ਔਕਾਤ ਵਿਖਾਉਣਾ ਸ਼ਬਦ ਤਾਂ ਆਪਾਂ ਵੱਖਰੀ ਗੱਲ ਕਰਦੇ ਹਾਂ, ਪਰ ਕਿਤੇ ਨਾ ਕਿਤੇ ਤੁਸੀਂ ਇਹ ਮਹਿਸੂਸ ਕਰ ਰਹੇ ਹੋਵੋਗੇ ਵੀ ਜਿਹੜੀਆਂ ਜੜ੍ਹਾਂ ਨਾ ਇਨਸਾਨ ਦੀਆਂ, ਜਿਹੜੀਆਂ ਦੁਨੀਆ ਦੀਆਂ ਜੜ੍ਹਾਂ, ਜਿਹੜੀ ਲੁਕਾਈ ਜਾਂ ਜਿਹੜਾ ਤੀਜਾ ਲੋਕ ਬਣਿਆ ਹੋਇਆ, ਇਹਦੀਆਂ ਜਿਹੜੀਆਂ ਜੜ੍ਹਾਂ ਇਹ ਜਮੇ ਉੱਤੇ ਆ, ਇਦੋਂ ਤਾਂ ਦਰਖਤ ਦੀਆਂ ਜੜ੍ਹਾਂ ਵੀ ਡੂੰਘੀਆਂ ਹੁੰਦੀਆਂ, ਜਿਵੇਂ ਜਿਵੇਂ ਜਿੰਨਾ ਆਧੁਨਿਕ ਲੋਕ ਬਣਿਆ ਆ, ਜਿੰਨਾ ਆਧੁਨਿਕ ਸੰਸਾਰ ਆ, ਉਹਨਾਂ ਦੀਆਂ ਜੜ੍ਹਾਂ ਉਨੀਆਂ ਹੀ ਉੱਤੇ ਆ। ਅੱਜ ਜੇ ਤੁਸੀਂ ਓਰਿਜਨਲਾਂ ਨੂੰ ਦੇਖੋ, ਜਿਹੜੇ ਮੂਲ ਨਿਵਾਸੀ ਆਸਟ੍ਰੇਲੀਆ ਦੇ, ਮੈਂ ਕਹਿਣਾ ਉਹਨਾਂ ਦੀਆਂ ਜੜ੍ਹਾਂ ਪੱਛਮੀ ਸੰਸਾਰ ਨਾਲੋਂ ਕਈ ਗੁਣਾ ਡੂੰਘੀਆਂ। ਇਵੇਂ ਜੇ ਪਿੰਡਾਂ ਦੇ ਵਿੱਚ ਵੱਸਦੇ ਲੋਕਾਂ ਦੀਆਂ, ਤੰਗੀ ਤਰੁਸ਼ੀਆਂ 'ਚ ਵੱਸਦੇ ਲੋਕਾਂ ਦੀਆਂ ਜੜ੍ਹਾਂ ਕਈ ਗੁਣਾ ਡੂੰਘੀਆਂ ਦੂਜੇ ਲੋਕਾਂ ਬਣਾ। ਹੁਣ ਨਿੱਕੀਆਂ ਜਿਹੀਆਂ ਮੈਂ ਦੋ ਉਦਾਹਰਨਾਂ ਦਿੰਦਾ ਤੁਹਾਨੂੰ। ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਕੰਮ ਵਾਲਾ ਵੀ ਆ, ਸਾਡੇ ਖੁਦ ਅਸੀਂ ਕੰਮ ਵਾਲੇ ਰੱਖਦੇ, ਸੀਰੀ ਸਾਂਝੀ ਰੱਖਦੇ ਹਾਂ, ਤਾਂ ਉਹਦੀ ਪਹਿਲੀ ਪ੍ਰਾਇੋਰਿਟੀ ਪਤਾ ਕੀ ਹੁੰਦੀ ਸੀ? ਵੀ ਉਹਦੀ ਬੁਖਾਰੀ 'ਚ ਸਾਲ ਦੇ ਦਾਣੇ ਤਾਂ ਹੋਣ, ਜੇ ਕੋਈ ਮਾੜਾ ਚੰਗਾ ਟਾਈਮ ਆ ਜੇ ਸਾਲ ਦੇ ਦਾਣੇ ਉਹਦੀ ਬੁਖਾਰੀ 'ਚ ਤਾਂ ਹੋਣ ਨਾ, ਤੇ ਉਹ ਜਦੋਂ ਕਣਕ ਆ ਜਾਣੀ, ਉਹ ਕਣਕ ਨੂੰ ਆਪਦੀ ਨੂੰ ਦਾਲਾਂ ਨੂੰ ਸਾਂਭ ਕੇ ਰੱਖ ਲੈਣਾ ਵੀ ਇੱਕ ਸਾਲ ਭਰ ਮੈਂ ਜਿਹੜੀ ਇਹਨਾਂ ਨਾਲ ਗੁਜ਼ਾਰਾ ਕਰਨਾ। ਤੇ ਇਮੇਜ ਇੱਕ ਓਰਿਜਨਲਾਂ ਦਾ, ਓਰਿਜਨਲ ਜੰਗਲਾਂ 'ਚ ਰਹਿੰਦੇ, ਜੰਗਲੀ ਬੂਟੀਆਂ ਖਾਂਦੇ, ਅੱਜ ਵੀ ਉਹਨਾਂ ਦੀਆਂ ਲੋੜਾਂ ਸੀਮਤ ਆ, ਸਭ ਕੁਛ ਸੀਮਤ ਆ, ਤੇ ਉਵੇਂ ਦੀ ਜ਼ਿੰਦਗੀ 'ਚ ਉਹ ਗੁਜ਼ਾਰਾ ਕਰ ਸਕਦੇ ਆ, ਕੁਛ ਵੀ ਖਾ ਕੇ, ਕਿੰਨੀ ਵੀ ਮਿਹਨਤ ਕਰਕੇ, ਇੱਕ ਫਲ ਖਾਣ ਲਈ ਉਹ ਕਿਲੋਮੀਟਰਾਂ ਤੱਕ ਤੁਰ ਸਕਦੇ ਆ, ਕਿਲੋਮੀਟਰਾਂ ਤੱਕ ਪਾਣੀ ਲਈ ਜਾ ਸਕਦੇ ਆ, ਉਹਨਾਂ ਦੀਆਂ ਜੜ੍ਹਾਂ ਹਜੇ ਵੀ ਡੂੰਘੀਆਂ। ਪਰ ਜੇ ਹੁਣ ਤੁਸੀਂ ਪੱਛਮੀ ਸੰਸਾਰ ਦੀਆਂ ਜੜ੍ਹਾਂ ਦੇਖੋ, ਉਹਨਾਂ ਦੀਆਂ ਜੜ੍ਹਾਂ ਇੰਨੀਆਂ ਕਾ, ਜਿਹੜੀਆਂ ਅੱਜ ਦੀ ਇਸ ਕਹਾਣੀ ਤੋਂ ਪਤਾ ਲੱਗਦਾ, ਭਾਵੇਂ ਅੱਜ ਇੰਡੀਆ ਨੇ 1,70,000 ਕਰੋੜ ਅਨਾਊਂਸ ਕਰਤਾ, ਆਸਟ੍ਰੇਲੀਆ ਨੇ ਬਿਲੀਅਨਾਂ 'ਚ ਕਰਤਾ, ਅਮੈਰੀਕਾ ਨੇ ਬਿਲੀਅਨਾਂ ਡਾਲਰਾਂ 'ਚ ਕਰਤਾ, ਪਰ ਮੇਰੇ ਤੇ ਗੱਲ ਲਿਖਾ ਲਓ, ਜੇ 3 ਮਹੀਨੇ ਲਗਾਤਾਰ ਇਹਨਾਂ ਸਰਕਾਰਾਂ ਨੂੰ ਪੇ ਕਰਨਾ ਪੈ ਗਿਆ, ਇਹਨਾਂ ਦਾ ਜਲੂਸ ਨਿਕਲ ਜੂ। ਇਹਨਾਂ ਕੋਲੇ ਕੱਖ ਨਹੀਂ ਹੈ, ਇਹ ਇੱਕ ਹਊਆ ਤੇ ਆਈ ਚਲਾਈ ਬਣੀ ਹੁੰਦੀ ਹੈ ਹਰੇਕ ਮੁਲਕ ਦੀ, ਜਿਹੜਾ ਕਿ ਰਿਜ਼ਰਵ ਹੁੰਦਾ, ਉਹ ਰਿਜ਼ਰਵ ਨੂੰ ਛੇਤੀ ਛੇਤੀ ਛੇੜਦੇ ਨਹੀਂ, ਇਹ ਜੀ ਆਪਦਾ ਲਈ ਹੁੰਦਾ, ਤੇ ਪਰ ਰਿਜ਼ਰਵ ਇਸ ਆਪਦਾ 'ਚ ਕੀ ਕਰੂਗਾ ਕਰੋੜਾਂ ਦੀ ਆਬਾਦੀ ਦੀ ਦੁਨੀਆ ਦੇ ਵਿੱਚ? ਉਸ 1,70,000 ਕਰੋੜ ਜਿਹੜਾ ਉਹ ਕਿੰਨਾ ਕੀ ਕਰ ਲੂ ਬੰਦਿਆਂ ਤੱਕ, ਕਿੱਥੋਂ ਤੱਕ ਪਹੁੰਚ ਜੂਗਾ? ਸੋ ਇਸ ਕਰਕੇ ਜਿਹੜੀ ਇੱਕ ਚੀਜ਼ ਹੋਰ ਸਾਹਮਣੇ ਆ ਗਈ ਵੀ ਜਿੰਨੇ ਪੜ੍ਹੇ ਲਿਖੇ ਦੇ ਪੱਛਮੀ ਸੰਸਾਰ ਦੇ ਜਾਂ ਐਡਵਾਂਸ ਲੋਕ ਹੁੰਦੇ ਆ, ਉਹਨਾਂ ਦੀਆਂ ਤਾਂ ਜੜ੍ਹਾਂ ਇੰਨੀਆਂ ਕੁ ਉੱਤੇ ਆ, ਉਹਨਾਂ ਦੇ ਘਰੇ ਤਾਂ 1 ਮਹੀਨੇ ਦਾ ਰਾਸ਼ਨ ਹੈ ਨਹੀਂ। ਸਾਡੇ ਘਰਾਂ 'ਚ ਬੁਖਾਰੀਆਂ ਤਾਂ ਸੀਗੀਆਂ, ਸਾਡੇ ਘਰਾਂ 'ਚ ਦਾਣੇ ਤਾਂ ਸੀ, ਆਟਾ ਪਿਆ ਲੈਂਦੇ ਸੀ, 2 ਸਬਜ਼ੀਆਂ ਉਗਾ ਲੈਂਦੇ ਆ। ਜਿਵੇਂ ਇੱਕ ਆਮ ਉਦਾਹਰਨ ਦਿੱਤੀ ਜਾਂਦੀ ਹੈ ਵੀ ਇੱਕ ਖੇਤੀ ਵਾਲਾ ਜ਼ਿਮੀਂਦਾਰ ਕਿਸਾਨ ਬੰਦਾ, ਉਹਨੂੰ ਜੇ ਮੰਨੀਏ ਸਬਰ ਸੰਤੋਖ ਵਾਲਾ ਬੰਦਾ ਹੁੰਦਾ, ਤੇ ਉਹ ਸੰਤੋਖ ਵਾਲਾ ਬੰਦਾ ਜੇ ਫੇਲ ਹੋ ਜਾਣਾ ਜ਼ਿੰਦਗੀ 'ਚ, ਮੰਨ ਲਓ ਇੱਕ 20 ਕਿੱਲਿਆਂ ਵਾਲਾ ਜ਼ਿਮੀਂਦਾਰ ਫੇਲ ਹੁੰਦਾ ਜੇ ਜ਼ਿੰਦਗੀ 'ਚ, ਤਾਂ ਫੇਲ ਹੁੰਦਾ ਹੁੰਦਾ ਉਹ 20 ਸਾਲ ਲੰਘਾ ਆਉਂਦਾ। ਉਹ ਪਹਿਲਾਂ ਜ਼ਮੀਨ ਨੂੰ ਕੋਸ਼ਿਸ਼ ਕਰੂਗਾ ਬਚਾਉਣ ਦੀ, ਲੋਨ ਲਊਗਾ, ਫਿਰ ਉਹਨੂੰ ਗਹਿਣੇ ਧਰੂਗਾ, ਗਹਿਣੇ ਧਰਨ ਤੋਂ ਬਾਅਦ ਉਹਨੂੰ ਬੈ ਕਰੂਗਾ, ਬੈ ਕਰਨ ਤੋਂ ਬਾਅਦ ਵੀ ਉਹੀ ਜ਼ਮੀਨ ਠੇਕੇ ਤੇ ਲੈ ਕੇ ਵਾਹੁਣ ਦੀ ਕੋਸ਼ਿਸ਼ ਕਰੂਗਾ। ਜਾਣੀ ਕਿ 1 ਜਨਰੇਸ਼ਨ ਟਪਾ ਜਾਂਦਾ, ਉਹ ਤੇ ਇੰਨੇ ਚਿਰ 'ਚ ਹੋ ਸਕਦਾ ਅਗਲੀ ਜਨਰੇਸ਼ਨ ਦਾ ਇੱਕ ਬੱਚਾ ਕੋਈ ਚੰਗਾ ਆ ਜੇ, ਉਹਨੂੰ ਅੱਗੇ ਉਹਨੂੰ ਫੇਰ ਕਾਮਯਾਬ ਕਰ ਲੇ। ਪਰ ਇੱਕ ਮਹਾਜਨ ਬੰਦਾ, ਜੇ ਮੈਂ ਇੱਥੇ ਮਹਾਜਨ ਨਹੀਂ ਕਹਿੰਦਾ, ਬਿਜ਼ਨਸਮੈਨ ਕੋਈ ਵੀ, ਇੱਕ ਵਪਾਰੀ ਬੰਦਾ, ਉਹਦੀਆਂ ਜੜ੍ਹਾਂ ਇੰਨੀਆਂ ਕੁ ਉੱਤੇ ਹੁੰਦੀਆਂ ਵੀ ਉਹਨੇ ਇੱਕ ਘਾਟਾ ਪਿਆ, ਇੱਕ ਬਿਜ਼ਨਸ 'ਚ ਘਾਟਾ ਪਿਆ, ਉਹ ਸਿੱਧਾ ਰੇੜੀ ਲਾਉਣ 'ਤੇ ਆ ਜਾਂਦਾ। ਸੋ ਉਹ ਉਹਦੇ ਕੋਲ 20 ਸਾਲ ਨਹੀਂ ਹੁੰਦੇ, ਉਹ 6 ਮਹੀਨੇ 'ਚ ਚਲਾ ਜਾਂਦਾ। ਤਾਂ ਹੀ ਕਹਿੰਦੇ ਵੀ ਜ਼ਮੀਨ ਧਿਰ ਹੁੰਦੀ ਆ, ਜਾਂ ਇੱਦਾਂ ਦੀਆਂ ਗੱਲਾਂ ਲੋਕ ਕਰਦੇ ਸੀ ਪੁਰਾਣੇ,
ਵੀ ਬੰਦੇ ਨੂੰ ਡੁੱਬਦੇ ਨੂੰ ਬਚਾ ਲੈਂਦੀ ਆ। ਪਰ ਮੇਰਾ ਇੱਥੇ ਉਦਾਹਰਣ ਦੇਣ ਦਾ ਕਾਰਨ ਜੜਾਂ ਤੋਂ ਆ ਵੀ ਪੱਛਮੀ ਸੰਸਾਰ ਆ ਜਿਹੜਾ ਉਹ ਲੰਚ ਵੇਲੇ ਬ੍ਰੇਕਫਾਸਟ ਕਰ ਲੈਣ ਜਾਂਦਾ ਗਾ ਸਬਵੇ ਤੇ, ਡਿਨਰ ਵੇਲੇ ਪੀਜ਼ਾ ਸ਼ੋਪ ਤੇ ਜਾਂਦਾ, ਉਹਦੇ ਕੋਲੇ ਇੱਕ ਦਿਨ ਦਾ ਫੂਡ ਨਹੀਂ ਹੈਗਾ ਘਰੇ। ਹੁਣ ਤੁਸੀਂ ਦੇਖੋ ਜਿੱਥੇ ਫੂਡ ਇੱਕ ਸਟੋਰ ਨਹੀਂ ਕੀਤਾ ਜਾ ਰਿਹਾ, ਜਿੱਥੇ ਕੁਛ ਵੀ ਨਹੀਂ, ਤੇ ਜੇ ਹੁਣ ਸਟੋਰ ਕਰਨ ਲੱਗੇ ਆ ਤਾਂ ਕਮਲਿਆਂ ਵਾਂਗੂ ਲੱਗੇ ਆ। ਸਭ ਤੋਂ ਪਹਿਲਾਂ ਟੋਇਲਟ ਪੇਪਰ ਨੂੰ ਪਏ ਪੱਛਮੀ ਸੰਸਾਰ। ਹੁਣ ਟੋਇਲਟ ਪੇਪਰ ਨੂੰ ਪੈਣ ਦਾ ਕਾਰਨ ਕੀ ਸੀ? ਲੋਕਾਂ ਨੇ ਕਈਆਂ ਨੇ ਇਹ ਸੋਚਿਆ ਵੀ ਸ਼ਾਇਦ ਇਹ ਚਾਈਨਾ 'ਚ ਬਣਦਾ, ਤੇ ਚਾਈਨਾ 'ਚ ਬਣਨ ਕਾਰਨ ਵੀ ਚਾਈਨਾ ਤੋਂ ਸਪਲਾਈ ਬੰਦ ਹੋਜੂ, ਇਸ ਲਈ ਲੋਕ ਟੋਇਲਟ ਪੇਪਰ ਚੱਕ ਰਹੇ। ਪਰ ਸੱਚ ਇਹ ਨਹੀਂ ਸੀਗਾ। ਉਹਦੇ ਲਈ ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੇ ਆ ਕੇ ਦੱਸਿਆ ਵੀ ਸਾਡੇ ਆਪਦੇ ਪ੍ਰੋਜੈਕਟ ਲੱਗੇ ਹੋਏ ਆ ਵੀ ਅਸੀਂ ਇੱਥੇ ਬਣਾਉਣੇ ਆ। ਸੱਚ ਇਹ ਸੀ ਵੀ ਕਿਸੇ ਨੇ ਵਹਿਮ ਪਾਤਾ ਵੀ ਇਸ ਬਿਮਾਰੀ ਨਾਲ ਲੂਜ਼ ਮੋਸ਼ਨ ਹੋਣਗੇ, ਤੇ ਇੱਕ ਇੱਕ ਬੰਦੇ ਨੂੰ ਦਿਨ 'ਚ 10-10 ਵਾਰੀ 15-15 ਵਾਰੀ ਟੋਇਲਟ ਪੇਪਰ ਚਾਹੀਦਾ ਹੋਊਗਾ, ਤੇ ਇਸ ਕਰਕੇ ਸਭ ਤੋਂ ਪਹਿਲਾਂ ਸ਼ੋਰਟੇਜ ਜਿਹੜੀ ਟੋਇਲਟ ਪੇਪਰ ਦੀ ਪਊਗੀ। ਇੱਦਾਂ ਦੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਅਫਵਾਹਾਂ ਹੋਰ ਨੇ, ਪਰ ਅਸਲੀਅਤ ਦਿਖਾਤੀ ਵੀ ਜਿਹੜੀਆਂ ਸਾਡੀਆਂ ਜੜਾਂ ਨਾ ਉਹ ਉੱਤੇ ਹੀ ਆ, ਥੱਲੇ ਹੈ ਨਹੀਂ। ਅਸੀਂ 1-2 ਮਹੀਨਿਆਂ ਦੀ ਮਾਰ ਆ, 1-2 ਮਹੀਨਿਆਂ ਬਾਅਦ ਅਸੀਂ ਤਾਂ ਭਾਲੇ ਨਹੀਂ ਥਿਆਉਣੇ।